ਟਰੈਕਟਰ ਦੀ ਬੈਟਰੀ ਚੋਰੀ ਕਰਦੇ ਹੋਏ ਇੱਕ ਸ਼ਖਸ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ। ਦੱਸ ਦਈਏ ਕਿ ਜਾਣਕਾਰੀ ਅਨੁਸਾਰ ਜਦੋਂ ਉਸ ਸ਼ਖਸ ਦੇ ਵੱਲੋਂ ਟਰੈਕਟਰ ਦੇ ਵਿੱਚੋਂ ਬੈਟਰੀ ਕੱਢੀ ਜਾ ਰਹੀ ਸੀ ਤਾਂ ਉਸ ਸਮੇਂ ਇੱਕ ਵਿਅਕਤੀ ਨੇ ਉਸ ਨੂੰ ਦੇਖ ਲਿਆ ਅਤੇ ਜਿਵੇਂ ਹੀ ਉਸ ਨੂੰ ਦੇਖਿਆ ਤਾਂ ਚੋਰ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਤਾਂ ਕੁਝ ਦੂਰੀ 'ਤੇ ਭੱਜਣ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਜਾਂਦਾ ਅਤੇ ਜਦੋਂ ਕਾਬੂ ਕੀਤਾ ਜਾਂਦਾ ਤਾਂ ਫਿਰ ਉਸ ਚੋਰ ਦੇ ਬਾਰੇ ਹੋਰ ਵੀ ਵੱਡੇ ਖੁਲਾਸੇ ਹੁੰਦੇ ਨੇ। ਉੱਥੇ ਇੱਕ ਦੁਕਾਨਦਾਰ ਦਾ ਕਹਿਣਾ ਹੈ ਕਿ ਇਹ ਚੋਰ ਉਹਨਾਂ ਦੇ ਕੋਲ ਵੀ ਕੰਮ ਕਰ ਚੁੱਕਾ। ਇਸ ਨੇ ਪਹਿਲਾਂ ਤਾਂ ਅਜਿਹਾ ਵਿਸ਼ਵਾਸ ਬਣਾਇਆ ਕਿ ਸਭ ਨੂੰ ਇਸ ਦੇ ਉੱਤੇ ਪੂਰਾ ਭਰੋਸਾ ਹੋ ਜਾਂਦਾ ਅਤੇ ਫਿਰ ਜਿੱਥੇ ਉਸ ਦੁਕਾਨ ਦੇ ਬਾਕੀ ਮੁਲਾਜ਼ਮ ਰਹਿੰਦੇ ਨੇ ਤਾਂ ਇਹ ਚੋਰ ਨੂੰ ਵੀ ਉਸੇ ਥਾਂ ਦੇ ਉੱਤੇ ਥਾਂ ਦਿੱਤੀ ਜਾਂਦੀ ਹੈ। ਪਰ ਇਸ ਚੋਰ ਦੇ ਵੱਲੋਂ ਇੱਕ ਘਿਨੌਣੀ ਹਰਕਤ ਕੀਤੀ ਜਾਂਦੀ ਹੈ ਜਿੱਥੇ ਕਿ ਆਪਣੇ ਨਾਲਦਿਆਂ ਦੇ ਹੀ ਮਹਿੰਗੇ ਮੁੱਲ ਦੇ ਮੋਬਾਈਲ ਚੁੱਕ ਕੇ ਫਰਾਰ ਹੋ ਜਾਂਦਾ। ਹਾਲਾਂਕਿ ਜਦੋਂ ਇਸ ਨੂੰ ਫੋਨ ਕੀਤਾ ਜਾਂਦਾ ਤਾਂ ਇਹ ਫੋਨ ਨਹੀਂ ਚੁੱਕਦਾ ਅਤੇ ਅੱਜ ਇਹ ਇੱਕ ਵਾਰ ਫਿਰ ਤੋਂ ਇਲਾਕੇ ਦੇ ਵਿੱਚ ਆਉਂਦਾ ਅਤੇ ਇੱਕ ਟਰੈਕਟਰ ਦੇ ਵਿੱਚੋਂ ਬੈਟਰੀ ਚੋਰੀ ਕਰਦਾ ਤਾਂ ਇਸ ਨੂੰ ਮੌਕੇ ਦੇ ਉੱਤੇ ਹੀ ਕਾਬੂ ਕਰ ਲਿਆ। ਫਿਲਹਾਲ ਲੋਕਾਂ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਪੁਲਿਸ ਨੂੰ ਸੂਚਿਤ ਕੀਤਾ ਗਿਆ। ਕਰੀਬ 4 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਮੌਕੇ ਦੇ ਉੱਤੇ ਨਹੀਂ ਪਹੁੰਚੀ ਤਾਂ ਖਬਰ ਫਰੀਦਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਟਰੈਕਟਰ ਦੇ ਵਿੱਚੋਂ ਬੈਟਰੀ ਚੋਰੀ ਕਰਦੇ ਹੋਏ ਇੱਕ ਨੌਜਵਾਨ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ। ਹਾਲਾਂਕਿ ਮੌਕੇ ਦੇ ਉੱਤੇ ਲੋਕਾਂ ਨੇ ਉਸਦੀ ਛਿੱਤਰ ਪਰੇਡ ਵੀ ਕੀਤੀ ਹੈ। ਇੱਥੇ ਨਾ ਸਾਡੇ ਨਾਲ ਇਹ ਕੰਮ ਵੀ ਕਰਦਾ ਰਿਹਾ, ਬੜਾ ਇਹਨੇ ਤਸੱਲੀ ਬਖਸ਼ ਕੰਮ ਕੀਤਾ ਹੈ ਔਰ ਸਭ ਤੋਂ ਵਧੀਆ ਕੰਮ ਕਰਦਾ ਹੁੰਦਾ ਸੀ ਅਤੇ ਇੰਨਾ ਇਹਨੇ ਯਕੀਨ ਬਣਾਇਆ ਨਾ ਅਤੇ ਫਿਰ ਇਹਨੂੰ ਮਤਲਬ ਹੈ ਕਿ ਸੌਣ ਵਾਸਤੇ ਕਮਰੇ ਵਿੱਚ ਜਿਹੜੇ ਬਾਕੀ ਸੇਵਾਦਾਰ ਸੌਂਦੇ ਹੁੰਦੇ ਸੀ ਉਹਨਾਂ ਨਾਲ ਸੌਣਾ ਵੀ ਸ਼ੁਰੂ ਕਰਤਾ ਅਤੇ ਉਹਨਾਂ ਦਾ ਹੀ 70-70 ਹਜ਼ਾਰ ਦੇ 2 ਮੋਬਾਈਲ ਚੁੱਕ ਕੇ ਚਲਿਆ ਗਿਆ, ਫਰਾਰ ਹੋ ਗਿਆ। ਜਦੋਂ ਇਹਦਾ ਕਿਤੇ ਪਤਾ ਕੀਤਾ ਕਿ ਇੱਧਰੋਂ ਉੱਧਰੋਂ ਕਿ ਹਾਂ ਪਿੰਡ ਕੌਣੀ ਦਾ, ਇਹਦਾ ਇੱਕ ਚਾਚਾ ਸੀ ਇੱਥੇ, ਉਹਨੇ ਦੱਸਿਆ ਵੀ ਅਸੀਂ ਤਾਂ ਇਹਨੂੰ ਘਰੋਂ ਕੱਢਿਆ ਹੋਇਆ ਵਾ, ਇਹਨੂੰ ਬੇਦਖਲ ਕੀਤਾ ਹੋਇਆ ਵਾ ਅਤੇ ਮੁੜ ਕੇ ਨਾ ਇਹਨੇ ਮੇਰਾ ਫੋਨ ਚੁੱਕਿਆ, ਨਾ ਕਿ ਸਾਥੀ ਦਾ ਚੁੱਕਿਆ, ਨਾ ਸਾਡੇ ਬਾਬੇ ਦਾ ਚੁੱਕਿਆ ਫੋਨ। ਅਤੇ ਹੁਣ ਅੱਜ ਇਹ ਸਬਜ਼ੀ ਮੰਡੀ ਫੜਿਆ ਗਿਆ ਟਰੈਕਟਰਾਂ ਦੀ ਬੈਟਰੀ ਚੋਰੀ ਕਰਦਾ ਅਤੇ ਥਾਣਾ ਸਿਟੀ ਨੂੰ ਫੋਨ ਕੀਤਾ ਸੀ, ਉਹ ਕਹਿੰਦੇ ਵੀ ਟੂ ਦੇ ਵਿੱਚ ਫੋਨ ਕਰੋ, ਟੂ ਵਾਲੇ ਅਜੇ ਆਏ ਨਹੀਂ ਹੈ ਲੇਕਿਨ 1 ਵਾਲੇ ਲਿਜਾ ਕੇ ਅਤੇ ਉਹਨੂੰ ਸਿਟੀ 2 ਦੇ ਵਿੱਚ ਦੇ ਰਹੇ ਨੇ। ਜਸਪਾਲ ਸਿੰਘ ਜੀ ਕੀ ਹੋਇਆ ਚੋਰੋਂ ਦੇ ਕਰਾਇਆ? ਇਹਨਾਂ ਨੇ ਆਪਣੀ ਇੱਥੇ ਸਬਜ਼ੀ ਮੰਡੀ 'ਚ ਫਿਰੋਜ਼ਪੁਰ ਰੋਡ 'ਤੇ ਫਰੀਦਕੋਟ ਬਿਲਡਿੰਗ ਮਟੀਰੀਅਲ ਦੀ ਦੁਕਾਨ ਆਪਣੀ, ਅਤੇ ਅੱਜ ਦੁਪਹਿਰੇ 3:30-4 ਵਜੇ ਇਹ ਚੋਰ ਜਿਹੜਾ ਆਪਣੇ ਟਰੈਕਟਰ ਦੀ ਲੋਡਰ ਦੀ ਬੈਟਰੀ ਲਾ ਰਿਹਾ ਸੀ। ਸਾਡੇ ਡਰਾਈਵਰ ਨੇ ਅਚਾਨਕ ਜਦੋਂ ਇਹਦੇ ਵੱਲ ਵੇਖਿਆ ਤਾਂ ਬੈਟਰੀ ਲਾਉਂਦਾ ਲਾਉਂਦਾ ਛੱਡ ਕੇ ਭੱਜ ਗਿਆ। ਅਸੀਂ ਇਹਨੂੰ ਸਾਦਕ ਚੌਂਕ 'ਚੋਂ ਜਾ ਕੇ ਫੜ ਕੇ ਲਿਆਏ ਜੀ। ਪੁਲਿਸ ਨੂੰ ਅਸੀਂ ਉਦੋਂ ਦਾ ਇਹਨੂੰ ਫੋਨ ਕੀਤਾ ਸੀ, 4 ਵਜੇ ਤੋਂ ਲੱਗਿਆ 8 ਵਜੇ ਤੱਕ, ਅਜੇ ਤੱਕ ਕੋਈ ਪੁਲਿਸ ਨਹੀਂ ਆਈ ਸੀ 8 ਵਜੇ ਤੱਕ। ਹਾਂਜੀ, ਸਿਟੀ 2 ਵਾਲੇ ਗੁਰਮੀਤ ਸਿੰਘ ਆਏ ਸੀ ਪਰ ਉਹ ਕਹਿੰਦੇ ਵੀ ਅਸੀਂ ਨਹੀਂ ਲਿਜਾ ਸਕਦੇ ਇਹਨੂੰ। ਬਸ ਕਹਿੰਦੇ ਅਸੀਂ ਕੀ ਕਰੀਏ ਇਹਨਾਂ ਨੂੰ ਲਿਜਾ ਕੇ। ਪੁਲਿਸ 4 ਘੰਟਿਆਂ ਬਾਅਦ ਅਜੇ ਵੀ ਨਹੀਂ ਆਈ ਸੀ 8 ਵਜੇ ਤੱਕ। ਹੁਣ ਪੁਲਿਸ, ਹਾਂਜੀ ਹਾਂ ਹੁਣ ਲੈ ਕੇ ਗਏ ਜੀ।